ਵਗੈਰਾ ਤੁਸੀਂ ਆਉਂਦੇ ਹੋ ਤਾਂ ਐਸੇ ਬੋਰਡ ਵਗੈਰਾ ਪਹਿਲਾਂ ਆਉਣੇ ਸ਼ੁਰੂ ਹੋ ਜਾਂਦੇ ਆ ਜਦੋਂ ਪੋਰਟ ਆਫ ਐਂਟਰੀ ਆਉਂਦੀ ਕਿਸੇ ਸਟੇਟ ਦੀ ਸੋ ਆਪਾਂ ਐਰੀਜ਼ੋਨਾ ਤੋਂ ਐਂਟਰ ਹੋ ਰਹੇ ਹਾਂ ਯੂਟਾ ਸਟੇਟ 'ਚ ਔਰ ਸਕੇਲ ਸਕੇਲ ਦਾ ਬਹੁਤ ਰੌਲਾ ਪੈਂਦਾ ਹੈ ਟਰੱਕਾਂ ਵਾਲੀ ਵੀਡੀਓ 'ਤੇ ਅਤੇ ਆਪਾਂ ਆਹ ਪੋਰਟ ਆਫ ਐਂਟਰੀ ਆ ਗਈ ਹੈ ਸਕੇਲ ਖੁੱਲ੍ਹੀ ਵੀ ਹੈ ਯੂਟਾ ਸਟੇਟ ਦੇ ਵਿੱਚ ਆਪਾਂ ਐਂਟਰ ਹੋ ਰਹੇ ਹਾਂ ਆਹ ਜਿਹੜੀਆਂ ਲਾਈਟਾਂ ਜਗਦੀਆਂ ਇਹਦਾ ਮਤਲਬ ਇਹ ਆਲ ਜਿਹੜੇ ਹੈਵੀ ਡਿਊਟੀ ਵਹੀਕਲਸ ਹੈਗੇ ਆ ਉਹ ਸਾਰੇ ਐਂਟਰ ਕਰਨਗੇ ਅੰਦਰ ਪੋਰਟ ਆਫ ਐਂਟਰੀ ਓਪਨ ਵਨ ਓਪਨ ਵੈਨ ਫਲੈਸ਼ ਸੋ ਫਲੈਸ਼ ਕਰ ਰਹੀ ਹੈ ਹੁਣ ਆਪਾਂ ਨੂੰ ਅੰਦਰ ਜਾਣਾ ਪੈਣਾ ਸੋ ਇੱਥੇ ਜਿਹੜੀ ਮੈਂਸ਼ਨਡ ਸਪੀਡ ਹੈ ਉਹਦੇ 'ਤੇ ਤੁਸੀਂ ਐਂਟਰ ਕਰਨਾ ਜਿੱਦਾਂ ਕਿ ਇੱਥੇ 20 ਦੀ ਸਪੀਡ ਹੈ ਇਸ ਟਾਈਮ ਇਹਨਾਂ ਲਿਖਿਆ ਹੋਇਆ ਕਿ 20 ਦੀ ਸਪੀਡ 'ਤੇ ਤੁਸੀਂ ਐਂਟਰ ਕਰਨਾ ਕੈਮਰੇ ਵਗੈਰਾ ਲੱਗੇ ਹੁੰਦੇ ਆ ਤੁਹਾਨੂੰ ਸਾਰਾ ਸੈਂਸ ਕਰਦੇ ਆ ਪ੍ਰੋਪਰ ਇਹ ਬੋਰਡ ਜਿਹੜੇ ਨੇ ਸਾਰੇ ਪੜ੍ਹਨੇ ਬਹੁਤ ਜ਼ਰੂਰੀ ਨੇ ਕਿ 100 ਫਿੱਟ ਇੰਟਰਵਲ ਜੇ ਤੁਹਾਡੇ ਅੱਗੇ ਲਾਈਨ ਲੱਗੇ ਟਰੱਕਾਂ ਦੀ ਤਾਂ ਇੱਕ ਟਰੱਕ ਤੋਂ ਦੂਸਰੇ ਟਰੱਕ ਦੇ ਵਿੱਚ ਤੁਸੀਂ 100 ਫੁੱਟ ਦਾ ਫਾਸਲਾ ਰੱਖਣਾ ਯੂਜ ਲੇਨ ਵਿਦ ਗ੍ਰੀਨ ਐਰੋ ਅੱਗੇ ਦੋ ਲਾਈਟਾਂ ਨੇ ਜਿਹੜੀ ਤਾਂ ਗ੍ਰੀਨ ਆਏਗੀ ਤੁਸੀਂ ਉਹਦੇ 'ਤੇ ਜਾਣਾ ਜੇ ਰਾਈਟ ਵਾਲੀ ਗ੍ਰੀਨ ਆਈ ਤਾਂ ਅੰਦਰ ਜਾਣਾ ਔਰ ਲੈਫਟ ਵਾਲੀ ਗ੍ਰੀਨ ਆ ਗਈ ਤਾਂ ਤੁਸੀਂ ਬਾਈਪਾਸ ਕਰ ਜਾਣਾ ਬਾਹਰੋਂ ਬਾਹਰ ਨਿਕਲ ਜਾਣਾ ਜਿੱਦਾਂ ਆਪਾਂ ਨੂੰ ਅੰਦਰ ਜਾਣਾ ਪੈਣਾ ਨਾ ਲਾਈਟ ਦੇ ਦਿੱਤੀ ਆ ਰਾਈਟ ਗ੍ਰੀਨ ਪੋਰਟ ਆਫ ਐਂਟਰੀ ਯੂਟਾ ਸਟੇਟ ਅਮੈਰੀਕਾ ਇੱਥੋਂ ਯੂਟਾ ਸ਼ੁਰੂ ਹੁੰਦਾ ਜਦੋਂ ਆਪਾਂ ਐਰੀਜ਼ੋਨਾ ਦੀ ਤਰਫੋਂ ਐਂਟਰ ਕਰਦੇ ਹਾਂ ਸਾਊਥ ਅਮੈਰੀਕਾ ਤੋਂ ਨੌਰਥ ਅਮੈਰੀਕਾ ਵੱਲ ਨੂੰ ਜਾਂਦੇ ਹਾਂ ਸਾਹਮਣੇ ਜਿਹੜਾ ਵੱਡਾ ਬੋਰਡ ਲੱਗਾ ਟਰੱਕ ਦੇ ਉੱਪਰ ਤੁਹਾਨੂੰ ਨਜ਼ਰ ਆ ਰਿਹਾ ਉਹਦੇ ਉੱਪਰ ਲਿਖਿਆ ਆ ਰਿਹਾ ਸਲੋਲੀ 10 MPH 10 ਦੀ ਸਪੀਡ ਨਾਲ ਤੁਸੀਂ ਹੌਲੀ ਹੌਲੀ ਇੱਥੋਂ ਕੱਢਣਾ ਹਰ ਸਟੇਟ 'ਤੇ ਨੈਸ਼ਨਲ ਫਲੈਗ ਔਰ ਉਸ ਸਟੇਟ ਦਾ ਫਲੈਗ ਲੱਗਿਆ ਹੁੰਦਾ ਤੁਸੀਂ ਦੇਖ ਸਕਦੇ ਹੋ ਇਹ ਸਕੇਲ ਜਿਹੜਾ ਤੁਹਾਨੂੰ ਸਾਹਮਣੇ ਨਜ਼ਰ ਆ ਰਹੀ ਹੈ ਇਹਨੂੰ ਆਪਾਂ ਹੌਲੀ ਹੌਲੀ ਇਹਨੂੰ ਕ੍ਰੋਸ ਕਰਨਾ ਔਰ ਜਿਹੜੀਆਂ ਸਾਹਮਣੇ ਉੱਪਰ ਲਾਈਟਾਂ ਲੱਗੀਆਂ ਨੇ ਬੋਰਡ 'ਚ ਉਹਨਾਂ ਨੂੰ ਫੋਲੋ ਕਰਨਾ ਸਕੇਲ 'ਤੇ ਚੜ੍ਹਦੇ ਹਾਂ ਤਾਂ ਪਹਿਲਾਂ ਆਪਣਾ ਸਟੀਅਰ ਐਕਸਲ ਦੇ ਉਹਦਾ ਵੇਟ ਅੰਦਰ ਜਾਂਦਾ ਫਿਰ ਡਰਾਈਵ ਐਕਸਲ ਔਰ ਫਿਰ ਰੀਅਰ ਐਕਸਲ ਅਗਰ ਉਹਨਾਂ ਨੇ ਤੁਹਾਨੂੰ ਰੋਕਣਾ ਉਹਨਾਂ ਨੂੰ ਕੋਈ ਕਮੀ ਪੇਸ਼ੀ ਨਜ਼ਰ ਆਈ ਹੈ ਉਹਨਾਂ ਨੂੰ ਲਾਈਟ ਦੇ ਦੇਣੀ ਹੈ ਤੁਹਾਨੂੰ ਫਿਰ ਤੁਹਾਨੂੰ ਪਿੱਛੇ ਜਾ ਕੇ ਪਾਰਕ ਕਰਨਾ ਪੈਂਦਾ ਫਿਰ ਆਪਣੇ ਟਰੱਕ ਦੇ ਡਾਕੂਮੈਂਟਸ ਟ੍ਰੇਲਰ ਦੇ ਜਿਹੜਾ ਤੁਸੀਂ ਲੋਡ ਚੱਕਿਆ ਉਹਦੇ ਔਰ ਤੁਹਾਡੀ ਲੋਗ ਬੁੱਕ ਅਤੇ ਤੁਹਾਡਾ ਲਾਈਸੈਂਸ ਇਹ ਪੰਜੋ ਚੀਜ਼ਾਂ ਤੁਹਾਡੀਆਂ ਚਾਹੀਦੀਆਂ ਹੁੰਦੀਆਂ ਉਹ ਪੰਜੋ ਚੀਜ਼ਾਂ ਅਗਰ ਠੀਕ ਨਿਕਲੀਆਂ ਤਾਂ ਓਕੇ ਹੈ ਔਰ ਅਗਰ ਕੋਈ ਕਮੀ ਪੇਸ਼ੀ ਨਿਕਲਾਈ ਤਾਂ ਫਿਰ ਟਿਕਟ 200, 300, 400, 500 US ਡਾਲਰ ਦੀ ਬਾਕੀ ਵੀ ਆਰ ਔਲ ਗੁੱਡ ਟੂ ਗੋ ਆਪਣਾ ਸਭ ਬਾਈਬਲ ਪੇਪਰ ਨਾਲ ਠੀਕ ਨਿਕਲਿਆ ਉਹਦੇ ਬਾਅਦ ਤੁਸੀਂ ਆਪਣੀ ਰਿਜ਼ਿਊਮ ਜਿਹੜੀ ਸਪੀਡ ਹੈ ਉਹ ਸੇਮ ਰਿਜ਼ਿਊਮ ਕਰਨਾ ਚਾਹੁੰਦੇ ਹੋ ਅਲੱਗ ਅਲੱਗ ਸਟੇਟ ਦੀ ਜੋ ਸਪੀਡ ਹੈ ਉਹ ਅਲੱਗ ਅਲੱਗ ਇਸ ਸਟੇਟ ਦੇ ਵਿੱਚ ਹਾਈਐਸਟ ਸਪੀਡ ਹੈ 80 mph 130-135 km ਦੀ ਸਪੀਡ ਨਾਲ ਤੁਸੀਂ ਗੱਡੀ ਚਲਾ ਸਕਦੇ ਹੋ ਬਾਕੀ ਸਕੇਲ ਅਗਰ ਤੁਹਾਡੇ ਡਾਕੂਮੈਂਟ ਸਾਰੇ ਸਹੀ ਨੇ ਤੁਹਾਡੀ ਗੱਡੀ ਬਿਲਕੁਲ ਠੀਕ ਹੈ ਤੁਸੀਂ PTI ਕੀਤੀ ਹੈ
गड्डी कोई कमी पेशी नहीं है, एवरीथिंग इज वर्किंग परफेक्टली, फिर कोई प्रॉब्लम नहीं। जो तो पुरानी गड्डियाँ होती हैं, ट्रेलर पुराने होते हैं, छेड़ कितनी होती है फिर प्रॉब्लम होती है, अदरवाइज सब ठीक ही रहता भाई। पेपर अज स्केल का इंडिविजुअल स्केल का वीडियो भी बना दिता कि स्केल तो आप कि क्रॉस करते हैं, जो भी स्केल ओपन है और तुहाडे कोल प्री पास नहीं है, प्री पास चीज की होंगी है अपना कंपनियां ने ड्यूटी तो लई होंगी है, वो थोड़ा प्री पास भी दे सकते हैं, तो स्केल पर जाने की लोड़ नहीं। बट जो प्री पास की रेड लाइट आ जाती है फिर तो अंदर जाना पड़ता, बट जो प्री पास होता है मोस्टली सानू लोड नहीं पड़ती, फिर असं बारों बार निकल जाते हैं, बाकी गड्डिया अंदर जाती रहती हैं लेकिन आप बारों बार निकल जाते। स्केल तो सिर्फ घबरा दी या तंग परेशान होने की लड़ उदो है जो थोड़ी गड्डी दे विच कोई खराबी है या तो डॉक्यूमेंट्स के खराबी है, अदरवाइज ये तंग नहीं करते।